ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਅਨਦਰ ਵੀਡੀਓ। ਕਈ ਵਾਰੀ ਨਵੇਂ ਬੰਦੇ ਟਰੈਕਿੰਗ ਦੇ ਵਿੱਚ ਲੌਗ ਬੁੱਕ ਦੇ ਰੂਲਸ ਨੂੰ ਲੈ ਕੇ ਥੋੜੇ ਜੇ ਕਨਫਿਊਜ਼ ਹੋ ਜਾਂਦੇ ਆ ਤੇ ਅੱਜ ਮੈਂ ਲੋਡ ਲਾਉਣ ਜਾਣਾ ਵਾਂ ਤੇ ਜਿੱਦਾਂ ਜਿਹੜੇ ਟਾਈਮ ਤੇ ਜਿਹੜਾ ਸਟੇਟਸ ਆਪਾਂ ਲੌਗ ਬੁੱਕ ਦੇ ਵਿੱਚ ਸਿਲੈਕਟ ਕਰੀਦਾ ਮੈਂ ਉਹਦੇ ਅੱਜ ਸਾਰਾ ਵੀਡੀਓ ਦੇ ਵਿੱਚ ਵੇਰਵਾ ਲਾਉਂਗਾ। ਉਹ ਫੁੱਲੀ ਕਿਸੇ ਨਵੇਂ ਬੰਦੇ ਨੂੰ ਲੌਗ ਬੁੱਕ ਬਾਰੇ ਥੋੜੀ ਜਿਹੀ ਜ਼ਿਆਦਾ ਅੰਡਰਸਟੈਂਡਿੰਗ ਹੋ ਪਾਊਗੀ। ਜਦੋਂ ਵੀ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੁੰਦੀ ਆ ਤੇ ਜਿਹੜਾ ਸਭ ਤੋਂ ਪਹਿਲਾਂ ਸਟੇਟਸ ਆਪਾਂ ਟਰੱਕ ਦੇ ਵਿੱਚ ਆ ਕੇ ਪਾਈਦਾ ਉਹ ਹੁੰਦਾ ਜੀ ਔਨ ਡਿਊਟੀ। ਮੈਨੂੰ ਆਲਰੇਡੀ 7-8 ਮਿੰਟ ਹੋ ਗਏ ਯਾਰਡ 'ਚ ਆਏ ਨੂੰ ਤੇ ਇਹ ਮੈਂ ਸਿਲੈਕਟ ਕਰ ਲਿਆ ਸੀਗਾ ਤੇ ਇਹਨੂੰ ਸਿਲੈਕਟ ਕਰਕੇ ਆਪਾਂ ਟਰੱਕ ਦਾ ਤੇਲ ਪਾਣੀ ਟਾਇਰ ਵਗੈਰਾ ਜਾਂ ਹੋਰ ਫਿਜ਼ੀਕਲ ਜਿਹੜੇ ਮਕੈਨੀਕਲ ਐਸਪੈਕਟਸ ਆ ਉਹ ਸਾਰੇ ਚੈੱਕ ਕਰਨੇ ਹੁੰਦੇ ਆ ਤੇ ਉਹ ਮੈਂ ਆਲਰੇਡੀ ਚੈੱਕ ਕਰ ਚੁੱਕਾ ਤੇ ਇਹ ਹੁਣ ਆਪਾਂ ਔਨ ਡਿਊਟੀ ਦੇ ਵਿੱਚ ਹੈਗੇ ਆ ਤੇ ਉਹ ਜਿਹੜੇ ਆਪਾਂ ਚੈੱਕ ਕੀਤੇ ਆ ਉਹ ਆਪਾਂ ਨੇ ਸਰਟੀਫਾਈ ਕਰਨਾ ਹੁੰਦਾ ਵੀ ਆਪਾਂ ਆਲਰੇਡੀ ਚੈੱਕ ਕਰ ਲਿਆ ਵਾ। ਉਹਦੇ ਵਾਸਤੇ ਆਪਾਂ ਫਿਰ ਜਾਵਾਂਗੇ ਜੀ ਗ੍ਰਾਫ ਤੇ ਕਲਿੱਕ ਕਰਾਂਗੇ ਉੱਤੇ ਆਪਸ਼ਨ ਆ ਜਾਂਦੇ ਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਆ ਇਸ ਟਾਈਮ ਨਾਲ ਲੌਗਸ ਦੇ ਵਿੱਚ ਜਾਂ ਡਾਕੂਮੈਂਟਸ ਦੇ ਵਿੱਚ ਜਾਂ DVIR। DVIR ਹੁੰਦੀ ਆ ਬੇਸਿਕਲੀ ਪ੍ਰੀ ਟ੍ਰਿਪ ਇਨਸਪੈਕਸ਼ਨ। ਇੱਥੇ ਕਲਿੱਕ ਕਰਾਂਗੇ ਇੱਥੇ ਕਰਕੇ ਪ੍ਰੀ ਟ੍ਰਿਪ ਇਨਸਪੈਕਸ਼ਨ ਔਰ ਇਹਦੇ ਵਿੱਚ ਦੋ ਨੇ ਜਿੱਦਾਂ ਮੇਰਾ ਟਰੱਕ ਦਾ ਨੰਬਰ ਵੀ ਹੈਗਾ ਔਰ ਮੇਰੇ ਟ੍ਰੇਲਰ ਦਾ ਨੰਬਰ ਵੀ ਹੈਗਾ ਤੇ ਬਸ ਇੱਥੇ ਕਰ ਦੇਣਾ ਜੀ ਮੇਕ ਪ੍ਰੀ ਟ੍ਰਿਪ ਕੰਪਲੀਟ ਜਾਣੀ ਕਿ ਆਪਾਂ ਸਾਰੀਆਂ ਚੀਜ਼ਾਂ ਚੈੱਕ ਕਰ ਲਈਆਂ ਵਾ ਐਵਰੀਥਿੰਗ ਇਜ਼ ਗੁੱਡ ਟੂ ਗੋ। ਇਸ ਚੀਜ਼ ਨੂੰ ਕਨਫਰਮ ਕਰਨ ਲਈ ਆਪਾਂ ਨੂੰ ਇੱਕ ਆਪਣੇ ਛੋਟੇ ਜਿਹੇ ਸਾਈਨ ਵੀ ਕਰਨ ਪੈਣਗੇ ਤਾਂ ਕਿ ਜੇ ਕੱਲ੍ਹ ਨੂੰ ਗੱਲਬਾਤ ਹੁੰਦੀ ਆ ਤਾਂ ਕੋਈ ਇਹ ਨਾ ਕਹਿ ਸਕੇ ਵੀ ਇਹ ਇਨਫੋਰਮੇਸ਼ਨ ਮੈਂ ਨਹੀਂ ਸੀ ਪਾਈ। ਅਤੇ ਹੁਣ ਇਹ ਆਪਣੀ ਜਿਹੜੀ ਇਨਫੋਰਮੇਸ਼ਨ ਇਹਨੂੰ ਸੇਵ ਕਰ ਲੂਗਾ। ਨਾਓ ਵੀ ਗੋ ਬੈਕ। ਆਪਾਂ ਹਾਲੇ ਵੀ ਔਨ ਡਿਊਟੀ ਦੇ ਵਿੱਚ ਹੀ ਹਾਂ ਅਤੇ ਆਪਾਂ ਨੂੰ ਤਕਰੀਬਨ 8 ਮਿੰਟ ਹੋ ਗਏ ਔਨ ਡਿਊਟੀ 'ਚ ਗਿਆ ਨੂੰ ਅਤੇ ਜਦੋਂ ਆਪਾਂ ਟਰੱਕ ਨੂੰ ਤੋਰਾਂਗੇ ਤਾਂ ਆਟੋਮੈਟਿਕਲੀ ਜਿਹੜੀ ਔਨ ਡਿਊਟੀ ਆ ਇਹ ਡਰਾਈਵ ਦੇ ਵਿੱਚ ਪੈ ਜਾਏਗੀ। ਹੁਣ ਯਾਰ 'ਚੋਂ ਨਿਕਲਣ ਤੋਂ ਪਹਿਲਾਂ ਜਿਹੜੀ ਗੱਡੀ ਆ ਇਹਨੂੰ ਆਪਾਂ ਜਿਹੜਾ ਆਪਣਾ ਇਹ ਸਪੋਟ ਆ ਇੱਥੇ ਪਾਰਕ ਕਰ ਦਾਂਗੇ ਤਾਂ ਕਿ ਜਿਹੜਾ ਆਪਣਾ ਸਪੋਟ ਆ ਇਹ ਰਿਜ਼ਰਵ ਰਹੇ। ਜਿੱਦਾਂ ਹੀ ਆਪਾਂ ਟਰੱਕ ਨੂੰ ਤੋਰਿਆ ਜਿਹੜਾ ਲੌਗ ਬੁੱਕ ਦੇ ਵਿੱਚ ਸਟੇਟਸ ਆ ਇਹ ਹੁਣ ਔਨ ਡਿਊਟੀ ਤੋਂ ਹਟ ਕੇ ਆਪਣੇ ਆਪ ਹੀ ਡਰਾਈਵਿੰਗ ਦੇ ਵਿੱਚ ਚਲਾ ਗਿਆ ਜਾਣੀ ਕਿ ਹੁਣ ਆਪਣੇ ਡਰਾਈਵਿੰਗ ਦੇ ਆਵਰਸ ਘੱਟ ਹੋ ਰਹੇ ਆ। ਔਰ ਅੱਜ ਜਿਹੜਾ ਉੱਤੇ 8 ਲਿਖਿਆ ਆ ਰਿਹਾ ਨਾ ਉੱਤੇ ਲਿਖਿਆ ਤੇ ਸਟਾਪ ਇਨ 8 ਇਹਦਾ ਮਤਲਬ ਆਪਾਂ ਨੂੰ 8 ਘੰਟੇ ਤੋਂ ਪਹਿਲਾਂ ਇੱਕ ਬ੍ਰੇਕ ਲੈਣੀ ਪੈਣੀ ਆ। 8 ਘੰਟੇ ਤੋਂ ਲਗਾਤਾਰ ਆਪਾਂ ਟਰੱਕ ਨਹੀਂ ਚਲਾ ਸਕਦੇ ਉੱਦਾਂ ਦੇ 8 ਘੰਟੇ ਲਗਾਤਾਰ ਟਰੱਕ ਕੋਈ ਵੀ ਨਹੀਂ ਚਲਾਉਂਦਾ ਬਟ ਫਿਰ ਵੀ ਲਾਅ ਹੈਗਾ ਮਤਲਬ ਕਿ 8 ਘੰਟੇ ਤੋਂ ਪਹਿਲਾਂ ਤੁਹਾਨੂੰ ਇੱਕ ਅੱਧੇ ਘੰਟੇ ਦੀ ਖੜ ਕੇ ਬ੍ਰੇਕ ਜ਼ਰੂਰੀ ਹੈ। ਬਹੁਤ ਜ਼ਿਆਦਾ ਕਸੂਤੀ ਬੇਸਿਕਲੀ ਜਗ੍ਹਾ ਬਿਲਕੁਲ ਨਹੀਂ ਹੈਗੀ। ਜਿਹੜਾ ਲੋਡ ਆਪਾਂ ਲੈ ਕੇ ਆਏ ਹਾਂ ਆ ਫਿਜੀ ਵਾਟਰ ਦਾ ਹੀ ਮੈਂ ਲੋਡ ਲੈ ਕੇ ਆਇਆ ਅਤੇ ਇਹ ਭਾਵ ਲੋਡ ਚੁੱਕਣ ਆਇਆ ਇੱਥੋਂ ਅਤੇ ਜਦ ਤੱਕ ਮੈਂ ਡਿਲੀਵਰ ਨਹੀਂ ਕਰਦਾ ਤਦ ਤੱਕ ਇਹ ਲੋਡ ਚੱਕ ਨਹੀਂ ਸਕਦਾ। ਐਂਟਰੈਂਸ ਬਹੁਤ ਗੰਦੀ ਆ ਜੀ ਆਹ ਹੁਣ ਚਲੋ ਦੇਖਦੇ ਹਾਂ ਕਿਉਂਕਿ ਆ ਮੈਂ ਨਹੀਂ ਚਾਹੁੰਦਾ ਮੇਰਾ ਟ੍ਰੇਲਰ ਕਰਬ ਦੇ ਉੱਤੇ ਚੜ੍ਹੇ ਹੈ ਨਾ ਇੱਕ ਤਾਂ ਆਪਣਾ ਟ੍ਰੇਲਰ ਡੈਮੇਜ ਹੋਊਗਾ ਨਾਲੇ ਇਹਨਾਂ ਦੇ ਆ ਫੁੱਲ ਬੂਟੀਆਂ ਹੀ ਡੈਮੇਜ ਹੋਣਗੀਆਂ। ਆਈ ਥਿੰਕ ਇਟਸ ਬੈਟਰ ਆ ਕਿ ਜੇ ਮੈਂ ਆਹ ਕੰਪਨੀ ਦੇ ਵਿੱਚ ਵਾੜ ਕੇ ਕਿਉਂਕਿ ਲੈਫਟ ਟਰਨ ਈਜ਼ੀਲੀ ਵੱਜ ਜੂਗਾ ਕਿਉਂਕਿ ਤੁਸੀਂ ਦੇਖ ਸਕਦੇ ਆ ਆਹ ਜਿਹੜਾ ਕਰਵ ਆ ਇਹ ਥੋੜ੍ਹਾ ਜਿਹਾ ਟਿਲਟਿਡ ਆ ਅਤੇ ਚਲੋ ਦੇਖਦੇ ਹਾਂ ਬਾਕੀ। Thank you.
ज्यादा औखी बैक सी जी। जे वह वीर हैल्प ना करता मैनू नहीं लगता मेरे को बैक लग सकती सी क्योंकि क्योंकि जगह बिल्कुल नहीं हैगी। जो आप एंटर करते हैं अगे कोई प्ले अराउंड कर एरिया ही नहीं है बिल्कुल भी ना। जो है भी आ कि मैं नहीं चाहता मेरे जो टायर आ करब के उत्ते चढ़ क्योंकि जो करब के उत्ते टायर चढ़ते तो सब तो ज़्यादा डैमेज देखो लोगों ने चढ़ाए इतने ना आ सारे टायर ही चढ़े आ तो ये बहुत ज़्यादा डैमेज करते टायर ना। तो मैं क्या वीर का जिन्हें हेल्प की है ना वह थोड़ा जहा थैंक यू कर दी है क्योंकि जे मैं कला लाता तो मैं काफ़ी इतने जूझी जाना सगा तो वह दस रहा कहता मैं 12 साल हो गए मैं इस लोकेशन पर आंदे तो वह कहता सारियां ही प्रॉब्लम होंगी इतने आ के ट्रक मोस्टली इतने ट्रक यही होंगे यदा ट्रेलर भी छोटा जिदा 48 feet है और यदा ट्रक भी डे कैब है तो करके कहता सारियां ही प्रॉब्लम आती है। चलो अपनी भी अज बैकिंग स्किल है जी है ना वो थोड़ी जी टेस्ट हो गई तो ऑलमोस्ट आप मैं ज़्यादा टाइम नहीं लगना इतने क्योंकि जोड़ा लोड मैं लैके आया वा वह लोड आपने भी पिक करना वा तो बाद आप जाने जी अपने पिकअप वाल हूँ जोड़ा अपना नैक्सट पिकअप आड्रैस आप पा लिया जी एंड ये कह रहे इतों है जी 45 minutes दूर 33 miles तो थोड़ा जहा मैं रस्ता चैक कर रहा कि कड़ा आपू सही रहूगा। Hey, thanks again, my friend. You have a YouTube channel? Yeah. Yeah. But it's in my language. Yeah, I'm from India. I watch from India. YouTuber is a funny video. Oh, yeah. A lot of people from India make funny videos. I like it. It's very funny. Yeah. You wanna say hi? You wanna say hi? Indian people. Thanks, man. जिदा ही आप फिर ड्राइव करनी स्टार्ट की जो अपना स्टेटस ऑटोमैटिकली ड्राइविंग चेंज हो गया क्योंकि आपां इत्थे अद्धे घंटे तो ज़्यादा लग गया तो जो अपना ड्यूटी का टाइम है ये फिर सैट हो गया जी अपने को 8 घंटे होर आ गए है ना। जे अद्धा घंटे तो घट टाइम लगता तो फिर आप आई थिंक 6-7.5 घंटे होने से बट ओवरऑल साढ़े को शिफ्ट 12 घंटे बचे आ और ड्राइव टाइम साढ़े को 10 घंटे 6 मिनट बचे आ जी। पिकअप लोकेशन पर पहुँच के सब तो पहला काम होना चाहिए जी अपना इस स्टेटस नू चेंज करना तो आप जावे जी हम ऑन ड्यूटी स्टेटस से तो इतने जोड़ा आप कॉमेंट लिखना आप लिख देना चैक इन फॉर पिकअप तो बस जी इन्ने काम है इन्ने हमने अपडेट हो जाना तो उन्ना चर आप अंदर जाके लभदे हैं जी इतने की हिसाब किताब आ और देखते हैं कि डोर देंगे आप डोर आप दसता जी उन्होंने वो कहते डोर 7 के उत्ते एक भा अनलोड कर रहा वा तो एज सून एज वो डन होगा तो कहते भी वो बाद अपना ट्रेलर ला दे जी डोर 7 से एंड वी विल लोड यू राइट अवे तो चलो फिर वेट करते हैं डोर 7 की जिन्ना चेर आप डोर 7 की वेट करते हैं उन्ना चेर आप गल कर लें जी मैं केड़ी कंपनी की लॉग बुक यूज़ कर रहा मैं लॉग बुक पहला मैं किसी होर कंपनी की यूज़ करता सीगा बट जो तो मैं अपनी कंपनी स्टार्ट की तो फिर मैं भाल च सीगा कोई इदा की लॉग बुक जी ईजी टू यूज़ होए और एक ओनर ओपरेटर दे है ना फ्रेंडली होए दैन मैनू किसी वालों ट्रक एक्स की लॉग बुक बारे रेकमेंडेशन हुई तो एक्चुअली ट्रक एक्स वाले ने मेरी वीडियोज़ भी देखते हैं तो उन्होंने मैं पहला भी एक बार कॉन्टैक्ट करने की कोशिश की तो उन्होंने कहा कि तुम आप प्रोडक्ट यूज़ करो एंड फिर अपने वीडियोज़ के है ना रिव्यू दो कि वा तो फिर जो मैं अपनी कंपनी खोली तो फिर मैं ट्रक एक्स का पहला भी पता सी मैंने किसी ने रिकमेंड भी किया तो फिर मैं ट्रक एक्स की ही लॉग बुक यूज़ कर रहा वा तो
ਜਿਹੜੀ ਬੈਸਟ ਥਿੰਗ ਮੈਨੂੰ ਲੱਗੀ ਲੋਗ ਲੋਗ ਬੁੱਕ ਦੀ ਹੈ ਨਾ, ਆਪਾਂ ਲੋਗ ਬੁੱਕ ਨੂੰ ਹਜੇ ਦੇ ਸੋਫਟਵੇਅਰ ਦੇ ਬਾਅਦ 'ਚ ਜਾਂਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਦੇ ਹਾਰਡਵੇਅਰ ਬਾਰੇ। ਜਿਹੜੀ ਲੋਗ ਬੁੱਕ ਆ ਇਹਦਾ ਐਕਚੁਲੀ ਆਪਣਾ ਇੱਕ ਇੰਜਨ ਦਾ ਕੰਪਿਊਟਰ ਹੁੰਦਾ ਵਾ, ਉਹ ਇੱਥੇ ਹੁੰਦਾ ਨਾ, ਉਹਦਾ ਪਲੱਗ ਇਹ ਇੱਥੇ ਪਲੱਗ ਇਨ ਹੁੰਦੀ ਆ ਹੈ ਨਾ, ਇਹਦੇ ਨਾਲ ਹੀ ਇਹ ਕਮਿਊਨੀਕੇਟ ਕਰਦੀ ਹੈ, ਜੋ ਵੀ ਇਹਦੀ ਕਮਿਊਨੀਕੇਸ਼ਨ ਆ ਇਹਨੂੰ ਬਲੂਟੁੱਥ ਦੇ ਰਾਹੀਂ ਟ੍ਰਾਂਸਫਰ ਕਰਦੀ ਹੈ ਆਪਣੀ ਐਪ ਦੇ ਵਿੱਚ। ਅਤੇ ਇੰਨਾ ਛੋਟਾ ਪਲੱਗ ਨਹੀਂ ਮੈਂ ਕਿਸੇ ਦਾ ਦੇਖਿਆ ਨਾ, ਜੇ ਆਪਾਂ ਇਹਨੂੰ ਖੋਲ੍ਹ ਕੇ ਦੇਖਦੇ ਹਾਂ ਤੋਂ ਪਹਿਲਾਂ ਤਾਂ ਮੈਂ ਇੰਨਾ ਛੋਟਾ ਕਿਸੇ ਦਾ ਵੀ ਹਜੇ ਪਲੱਗ ਨਹੀਂ ਦੇਖਿਆ ਨਾ, ਕਿਉਂਕਿ ਜ਼ਿਆਦਾਤਰ ਜਿਹੜੇ ਪਲੱਗ ਹੁੰਦੇ ਨੇ ਉਹ ਇੱਕ ਤਾਂ ਕਾਫੀ ਬਲਕੀ ਹੁੰਦੇ ਨੇ, ਅਤੇ ਉਹਦੇ ਬਾਅਦ ਉਹ ਪਹਿਲਾਂ ਲਾ ਲਈਏ ਕਿ ਮੋਸਟ ਆਫ ਦਾ ਜਿਹੜੀਆਂ ਦੂਜੀਆਂ ਡਿਵਾਈਸਾਂ ਨੇ ਉਹਨਾਂ ਦਾ ਜਿਹੜਾ ਪਲੱਗ ਆ ਇਹ ਕਾਫੀ ਬਲਕੀ ਹੁੰਦਾ ਵਾ, ਔਰ ਉਹਦੇ ਬਾਅਦ ਇੱਕ ਬੜੀ ਮੋਟੀ ਤਾਰ ਨਿਕਲਦੀ ਆ, ਜਿੰਨੀ ਉਹਨੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿੱਦਾਂ ਜਿਹੜਾ ਕਲੱਚ ਵਾਲਾ, ਜਿੱਦਾਂ ਮੇਰਾ ਗੇਅਰਾਂ ਵਾਲਾ ਟਰੱਕ ਹੈ 'ਚ ਕਲੱਚ ਆ, ਅਤੇ ਉਹ ਕਦੇ ਕਦੇ ਜਿਹੜੀ ਤਾਰ ਆ ਹੈ ਨਾ ਕਲੱਚ ਥੱਲੇ ਅੜ ਕੇ ਅਤੇ ਪਲੱਗ ਨਿਕਲ ਜਾਂਦਾ ਵਾ, ਅਤੇ ਇਹ ਆਮ ਹੀ ਹੁੰਦਾ ਸੀ ਮੇਰੇ ਨਾਲ ਪਹਿਲਾਂ ਵਾਲੀ ਲੋਗ ਬੁੱਕ ਦੇ ਵਿੱਚ, ਅਤੇ ਕਿਉਂਕਿ ਉਹਦੇ ਵਿੱਚ ਇੱਕ ਆ ਪਲੱਗ ਹੁੰਦਾ ਸੀ ਕਾਫੀ ਮੋਟਾ, ਉਹਦੇ ਬਾਅਦ ਉਹਦੇ ਅੱਗੇ ਮੋਟੇ ਕਾਫੀ ਮੋਟੀ ਤਾਰ ਹੁੰਦੀ ਸੀ, ਅਤੇ ਉਹ ਤਾਰ ਜਿਹੜੀ ਇੱਥੋਂ ਰਨ ਕਰਕੇ ਇੱਕ ਹੋਰ ਡੱਬੀ 'ਚ ਹੁੰਦੀ ਸੀ ਹੈ ਨਾ, ਉਹ ਫਿਰ ਡੱਬੀ ਕਮਿਊਨੀਕੇਟ ਕਰਦੀ ਸੀਗੀ ਲੋਗ ਬੁੱਕ ਦੇ ਨਾਲ। ਬਟ ਇਹਨਾਂ ਨੇ ਬਹੁਤ ਹੀ ਮਿਨੀਮਲਿਸਟਿਕ ਡਿਜ਼ਾਈਨ ਹੈ ਇਹਨਾਂ ਦਾ, ਅਤੇ ਬਿਲਕੁਲ ਛੋਟਾ ਜਿਹਾ ਪਲੱਗ ਆ ਹੈ ਨਾ ਜਿਹੜਾ ਈਜ਼ੀਲੀ ਇੱਥੇ ਪਲੱਗ ਇਨ ਹੋ ਜਾਂਦਾ, ਅਤੇ ਮੈਂ ਪਹਿਲੀ ਚੀਜ਼ ਇਹਨੂੰ ਦੇਖ ਕੇ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਸੀਗਾ ਕਿ ਕਿਉਂਕਿ ਇੰਨਾ ਉਹ ਬਲਕ ਆ ਹੈ ਨਾ, ਲਾਈਕ ਆ ਸਾਈਡ ਉਹ ਕਦੇ ਕਦੇ ਡੇਂਜਰਸ ਵੀ ਹੋ ਜਾਂਦਾ ਸੀਗਾ, ਕਿਉਂਕਿ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਹੈ ਨਾ, ਸਪੈਸ਼ਲੀ ਜਿਹੜਾ ਕਸਕੇਡੀਆ ਦਾ, ਮੈਨੂੰ ਮੇ ਬੀ ਡਿਫਰੈਂਟ ਟਰੱਕਸ ਦੀ ਜਿਹੜੀ ਪਲੱਗ ਦੀ ਲੋਕੇਸ਼ਨ ਡਿਫਰੈਂਟ ਹੋਏ, ਬਟ ਕਸਕੇਡੀਆ ਦਾ ਪਲੱਗ ਇੱਥੇ ਆ ਅਤੇ ਕਿਤੇ ਨਾ ਕਿਤੇ ਉਹ 'ਚ ਪੈਰ ਅੜ ਜਾਂਦਾ ਸੀਗਾ ਕਦੇ ਕਦੇ। ਔਰ ਦੂਸਰੀ ਗੱਲ ਮੈਨੂੰ ਲੋਗ ਬੁੱਕ ਬਾਰੇ ਸਭ ਤੋਂ ਜ਼ਿਆਦਾ ਪਸੰਦ ਹੈ ਜੀ, ਇਹਦਾ ਵੈਰੀ ਈਜ਼ੀ ਟੂ ਯੂਜ਼ ਯੂਜ਼ਰ ਇੰਟਰਫੇਸ, ਅਤੇ ਜੇ ਗੱਲ ਕਰੇ ਜਾਈਏ ਐਪ ਦੀ ਤਾਂ ਬਹੁਤ ਹੀ ਜ਼ਿਆਦਾ ਸਿੰਪਲ ਆ, ਮਤਲਬ ਕਿ ਸਾਰੇ ਐਵਰੀਥਿੰਗ ਪ੍ਰੀਟੀ ਮੱਚ ਤੁਸੀਂ ਦੇਖ ਕੇ ਹੀ ਕਲੀਅਰ ਹੋ ਜਾਂਦਾ ਵਾ, ਜਿੱਦਾਂ ਆਹ ਤੁਹਾਡੇ ਅੱਜ ਦਾ ਗ੍ਰਾਫ ਆ ਹੈ ਨਾ, ਅਤੇ ਮਤਲਬ ਕਿ ਤੁਸੀਂ ਕਿੰਨੇ ਵਜੇ ਕੰਮ ਸਟਾਰਟ ਕੀਤਾ, ਜਿੱਦਾਂ ਮੈਂ 7 ਵਜੇ ਕੀਤਾ, ਜੇ ਤਾਂ ਮੈਂ ਕਲਿੱਕ ਕਰਾਂ ਅਤੇ ਫਿਰ ਉਹ ਸਾਰੇ ਸਟੇਟਸ ਇੱਦਾਂ ਵੀ ਆ ਜਾਂਦੇ ਵੀ ਕਿਹੜੀ ਕਿਹੜੀ ਲੋਕੇਸ਼ਨ 'ਤੇ ਮੈਂ ਕਿਸ ਕਿਸ ਟਾਈਮ ਸੀਗਾ ਹੈ ਨਾ। ਅਤੇ ਜੇ ਆਪਾਂ ਪਿੱਛੇ ਜਾਈਏ ਮਤਲਬ ਇੱਥੋਂ ਆਪਾਂ ਇਹ 'ਤੇ ਕਲਿੱਕ ਕਰਕੇ ਈਜ਼ੀਲੀ ਆਪਾਂ ਕੋਈ ਵੀ ਆਪਣਾ ਜੇ ਸਟੇਟਸ ਚੇਂਜ ਕਰਨਾ ਹੋਏ, ਜਿੱਦਾਂ ਹੁਣ ਆਪਾਂ ਡੌਕ 'ਤੇ ਲੱਗ ਗਏ ਹਾਂ ਹੈ ਨਾ, ਅਤੇ ਆਪਣਾ ਪ੍ਰੀਟੀ ਮੱਚ ਆਪਾਂ ਕੁਝ ਨਹੀਂ ਕਰ ਰਹੇ, ਤਾਂ ਵੀ ਕੈਨ ਗੋ ਟੂ ਆਫ ਡਿਊਟੀ, ਅਤੇ ਇਹਨੇ ਪੁੱਛਣਾ ਵੰਸ ਅਗੈਨ, ਇਹ ਜ਼ਰੂਰੀ ਨਹੀਂ ਹੁੰਦਾ ਆਪਸ਼ਨਲ ਆ, ਬਟ ਮੈਂ ਹਮੇਸ਼ਾ ਹੀ ਪਾ ਦਿੰਦਾ ਵਾਂ ਜਸਟ ਟੂ ਮੇਕ ਸ਼ੋਰ ਹੈ ਨਾ। ਅਤੇ ਲਿਖ ਦਿੰਦੇ ਹਾਂ ਡੌਕਡ, ਕਿ ਆਪਾਂ ਡੌਕ 'ਤੇ ਲੱਗ ਗਏ ਹਾਂ, ਆਪਾਂ ਕੁਛ ਨਹੀਂ ਕਰ ਰਹੇ ਇਸ ਟਾਈਮ। ਅਤੇ ਇਹਦੇ ਇਲਾਵਾ ਬਾਕੀ ਤਾਂ ਲਿਖਿਆ ਜੀ, ਮਤਲਬ ਕਿ ਅੱਜ ਜਿਹੜੀ ਮੈਂ ਤਕਰੀਬਨ 2 ਘੰਟੇ ਟਰੱਕ ਚਲਾ ਚੁੱਕਾ ਵਾਂ, ਅਤੇ 9 ਘੰਟੇ 11 ਮਿੰਟ ਦੀ ਆਪਣੀ ਲੋਗ ਬੁੱਕ ਬਚੀ ਆ, ਡਰਾਈਵ ਬਚੀ ਆ ਹੈ ਨਾ। ਅਤੇ ਇਹ ਹੁਣ 0 ਇਸ ਟਾਈਮ ਕਿਉਂਕਿ ਆਪਾਂ ਡਰਾਈਵ ਨਹੀਂ ਕਰ ਰਹੇ ਹੈ ਨਾ, ਮਤਲਬ ਕਿ ਆਪਾਂ ਰੈਡੀ ਟੂ ਗੋ ਆ, ਮਤਲਬ ਕਿ 0 ਮਿੰਟ ਦੇ ਵਿੱਚ ਆਪਾਂ ਰੈਡੀ ਟੂ ਗੋ ਆ। ਔਰ ਸ਼ਿਫਟ ਦੇ ਵਿੱਚ ਜਿਹੜੀ 14 ਘੰਟੇ ਦੀ ਸ਼ਿਫਟ ਹੁੰਦੀ, ਇਹਦੇ ਵਿੱਚ 10 ਘੰਟੇ ਅਤੇ 35 ਮਿੰਟ ਬਚੇ ਆ। ਅਤੇ ਸਾਈਕਲ ਵੀ ਆ ਸਾਹਮਣੇ ਦੱਸ ਦਿੰਦੀ ਹੈ ਨਾ ਵੀ ਟੋਟਲ ਸਾਈਕਲ ਜਿਹੜੇ 70 ਘੰਟੇ ਦਾ ਸਾਈਕਲ ਆ, ਕਿਉਂਕਿ ਮੈਂ ਕੱਲ੍ਹ ਵੀ ਥੋੜ੍ਹਾ ਜਿਹਾ ਕੰਮ ਕੀਤਾ ਸੀਗਾ, ਅਤੇ 58 ਆਵਰਸ ਬਚੇ ਆ। ਬਾਕੀ ਆ ਮੇਰਾ ਨਾਮ ਅਤੇ ਤੁਹਾਡਾ ਜਿਹੜਾ ਟਰੱਕ ਦਾ ਵਿਨ ਨੰਬਰ ਆ। ਅਤੇ ਬਾਕੀ ਜੇ ਤੁਸੀਂ ਪੁਰਾਣੇ ਦੇਖਣੇ ਹੋਣ ਹੈ ਨਾ, ਜਿੱਦਾਂ ਇਹ ਤਾਂ ਮੈਂ ਛੁੱਟੀ ਕੀਤੀ ਇੱਦਣ ਹੈ ਨਾ, ਇੱਦਣ ਕੋਈ ਐਕਟੀਵਿਟੀ ਨਹੀਂ ਹੈਗੀ, ਇਹ ਕੱਲ੍ਹ ਦਾ ਗ੍ਰਾਫ ਆ, ਇਹ ਪਰਸੋਂ ਦਾ ਵਾ, ਉੱਤੋਂ 1 ਦਿਨ ਪਹਿਲਾਂ ਦਾ ਵਾ ਹੈ ਨਾ। ਮੈਂ ਲੋਕਲੀ ਕੰਮ ਕਰ ਰਿਹਾ ਜ਼ਿਆਦਾ ਹੁਣ, ਤਾਂ ਕਰਕੇ ਮੈਂ ਅੱਜ ਫਿਰ ਵੀ ਮੈਂ ਆਪਣੀ ਨਾਈਟ ਆਊਟ ਕਰੂੰਗਾ। ਅੱਜ ਜਿਹੜਾ ਲੋਡ ਚੁੱਕਣਾ ਵਾ ਜਾਣਾ ਜੀ ਵਰਜੀਨੀਆ, ਜੋ ਕਿ ਇੱਥੋਂ 6 ਘੰਟੇ ਦੀ ਡਰਾਈਵ ਹੈਗੀ ਆ, ਅਤੇ ਆਹ ਲੋਡ ਰਹਿਣਾ ਜੀ ਅੱਜ ਰਾਤ ਨੂੰ, ਇਸ ਕਰਕੇ ਅੱਜ ਘਰ ਨਹੀਂ ਜਾਇਆ ਜਾਣਾ, ਅੱਜ ਦੀ ਨਾਈਟ ਬਾਹਰ ਸਪੈਂਡ ਕਰਾਂਗੇ। ਬਟ ਅਦਰ ਦੈਨ ਡੈਟ, ਜਦੋਂ ਦਾ ਮੈਂ ਆਪਣਾ ਕੰਮ ਸਟਾਰਟ ਕੀਤਾ ਮੈਂ ਰੋਜ਼ ਘਰ ਚਲਾ ਹੀ ਜਾਂਦਾ ਜੀ। ਅਤੇ ਬਾਕੀ ਇੱਥੇ ਮੋਰ 'ਤੇ ਆ ਗਏ, ਬੜਾ ਈਜ਼ੀ ਆ ਹੈ ਨਾ, ਜਿੱਦਾਂ DOT ਇੰਸਪੈਕਸ਼ਨ ਆ, ਜਦੋਂ ਤੁਹਾਨੂੰ ਕੋਈ ਆਫਿਸਰ ਪੁੱਲ ਕਰਦਾ ਉਹ ਤੁਹਾਡੀ ਲੋਗ ਬੁੱਕ ਮੰਗਦੇ ਹਮੇਸ਼ਾ, ਇਹ 'ਤੇ ਆਪਾਂ ਕਲਿੱਕ ਕਰਨਾ, ਅਤੇ ਬਸ ਇਹ 'ਤੇ ਕਲਿੱਕ ਕਰਕੇ ਇੰਸਪੈਕਟ ਸਟਾਰਟ ਕਰ ਦੇਣਾ। ਅਤੇ ਹੁਣ ਉਹਦੇ ਕੋਲ 2 ਆਪਸ਼ਨ ਨੇ, ਉਹ ਤਾਂ ਜਾਂ ਤੁਹਾਡੀ ਲੋਗ ਬੁੱਕ ਦੇ ਉੱਤੇ ਹੀ ਤੁਹਾਡੇ ਲੋਕਸ ਚੈੱਕ ਕਰ ਸਕਦਾ, ਜਾਂ ਫਿਰ ਉਹ ਪ੍ਰਿੰਟ ਕਰ ਸਕਦਾ, ਜਾਂ ਈਮੇਲ ਕਰ ਸਕਦਾ, ਜਾਂ ਡਾਟਾ ਟ੍ਰਾਂਸਫਰ ਹੈ ਨਾ। ਤਿੰਨੇ ਮਤਲਬ ਕਿ 4 ਆਪਸ਼ਨ ਬੜੇ ਕਲੀਅਰਲੀ ਇੱਥੇ ਮਤਲਬ ਕਿ ਸਟੇਟਡ ਨੇ, ਅਤੇ ਆਪਾਂ ਚਲੋ ਇਸ ਟਾਈਮ ਆਫਿਸਰ ਦੇ ਉੱਤੇ ਹੈ ਨਹੀਂ, ਜਸਟ ਟੂ ਮੇਕ ਸ਼ੋਰ, ਜਸਟ ਟੂ ਸੀ ਵੀ ਉਹ ਕਿੱਦਾਂ ਦਾ ਪੇਜ ਨਿਕਲਦਾ ਹੈ ਨਾ, ਆਪਾਂ ਤਾਂ ਕਲਿੱਕ ਕਰਦੇ ਹਾਂ, ਅਤੇ ਆਹ 22 ਤਰੀਕ ਦੇ ਆਪਣੇ ਲੋਗਸ ਨਿਕਲ ਆਏ ਹੈ ਨਾ, ਅਤੇ ਸਾਰੇ ਜੋ ਵੀ ਸਟੇਟਸ ਆ ਹੈ ਨਾ ਸਭ ਕੁਝ ਤੁਸੀਂ ਦੇਖ ਸਕਦੇ ਹਾਂ। ਇਹ 22 ਜੂਨ ਦਾ ਵਾ, ਆਪਾਂ 1 ਦਿਨ ਪਿੱਛੇ ਆਵਾਂਗੇ, 21 ਜੂਨ ਦਾ ਆ ਗਿਆ ਇੱਦਾਂ ਹੀ ਹੈ ਨਾ। ਅਤੇ ਇਹ ਬੇਸਿਕਲੀ ਆਫਿਸਰ ਲਈ ਆ, ਜੇ ਕੋਈ ਪੁਲਿਸ ਵਾਲਾ ਤੁਹਾਨੂੰ ਪੁੱਲ ਓਵਰ ਕਰਦਾ ਅਤੇ ਉਹ ਤੁਹਾਡੀ ਲੋਗ ਬੁੱਕ ਚੈੱਕ ਕਰਦਾ ਵਾ ਕਿ ਤੁਸੀਂ ਸਾਰਾ ਤੁਹਾਡਾ ਸਟੇਟਸ ਵਗੈਰਾ ਠੀਕ ਸੀਗਾ ਹੈ ਨਾ, ਅਤੇ ਉਹ ਈਜ਼ਲੀ ਕਰ ਸਕਦਾ ਹੈ ਨਾ। ਅਤੇ ਫਿਰ ਹੁਣ ਆਪਾਂ ਇੱਥੋਂ ਪਿੱਛੇ ਵੀ ਜਾ, ਜਦੋਂ ਉਹਨੇ ਚੈੱਕ ਕਰ ਲਈ ਉਹ ਹੀ ਵਿਲ ਗਿਵ ਬੈਕ ਟੂ ਯੂ, ਅਤੇ ਪਿੱਛੇ ਜਾ ਕੇ ਤੁਸੀਂ ਬਸ ਆਪਣਾ
ਤੇ ਪਿੱਛੇ ਜਾਣ ਵਾਸਤੇ ਇਹਨੇ ਤੁਹਾਡਾ ਆਪਣਾ ਪਿੰਨ ਪੁੱਛਣਾ ਵਾ, ਤੁਸੀਂ ਪਿੰਨ ਭਰ ਦੇਣਾ ਤੇ ਦੈਨ ਯੂਅਰ ਬੈਕ ਟੂ ਯੂਅਰ ਹਨਾ ਰੈਗੂਲਰ ਪੇਜ। ਤੇ ਕਾਫੀ ਜ਼ਿਆਦਾ ਲਾਈਕ ਆਈ ਸੈਡ ਯੂਜ਼ਰ ਇੰਟਰਫੇਸ ਬਹੁਤ ਬਹੁਤ ਹੀ ਜ਼ਿਆਦਾ ਈਜ਼ੀ ਆ। ਕਈ ਮੈਂ ਹੋਰ ਵੀ ਲੌਗ ਬੁੱਕਸ ਯੂਜ਼ ਕੀਤੀਆਂ ਨੇ, ਕਈ ਵਾਰੀ ਥੋੜ੍ਹੀਆਂ ਜਿਹੀਆਂ ਉਹ ਕੰਪਲੀਕੇਟਡ ਹੋ ਜਾਂਦੀਆਂ। ਔਰ ਦੂਜੀ ਗੱਲ, ਹਾਲੇ ਤੱਕ ਜਿਹੜਾ ਮੇਰਾ ਇਹਦਾ ਰੀਸੈਂਟ ਐਕਸਪੀਰੀਅੰਸ ਆ, ਇੱਕ ਵਾਰੀ ਵੀ ਇਹ ਹੈਂਗ ਨਹੀਂ ਹੋਈ, ਕਦੇ ਵੀ ਇਹਨੂੰ ਲੋਕੇਸ਼ਨ ਪਿੱਕ ਕਰਨ 'ਚ ਪ੍ਰੋਬਲਮ ਨਹੀਂ ਆਈ। ਨਹੀਂ ਤਾਂ ਕਈ ਲੌਗ ਬੁੱਕ ਦੇ ਵਿੱਚ ਹੈਂਗ ਹੋ ਜਾਂਦੀ ਹੈ ਕਰਦੇ ਕੰਮ ਕਰਦੇ ਕਰਦੇ ਹਨਾ, ਜਾਂ ਫਿਰ ਉਹ ਲੋਕੇਸ਼ਨ ਨਹੀਂ ਰਾਈਟ ਪਿੱਕ ਕਰਦੀ। ਅਤੇ ਇਹਦਾ ਕਮਿਊਨੀਕੇਸ਼ਨ ਟਰੱਕ ਦੇ ਜਿਹੜਾ ਇੰਜਨ ਆ ਉਹਦੇ ਨਾਲ ਵੀ ਸੋ ਫਾਰ ਪਰਫੈਕਟ ਆ। ਅਤੇ ਦੈਟਸ ਵਾਈ ਜੇ ਕੋਈ ਨਵੀਂ ਲੌਗ ਬੁੱਕ ਹੈ, ਜੇ ਕੋਈ ਚੇਂਜ ਕਰਨੀ ਚਾਹ ਰਿਹਾ ਵਾ ਜਾਂ ਕਿਸੇ ਨੇ ਨਵਾਂ ਕੰਮ ਸ਼ੁਰੂ ਕੀਤਾ ਵਾ ਟਰੱਕ ਲਿਆ ਵਾ, ਅਤੇ ਪਲੀਜ਼ ਤੁਸੀਂ ਟਰੱਕ ਐਕਸ ਨੂੰ ਜ਼ਰੂਰ ਕੰਸਿਡਰ ਕਰਿਓ। ਨੋਟ ਓਨਲੀ ਦੈਟ, ਜਿਹੜੀ ਇਹਨਾਂ ਦੀ ਕਸਟਮਰ ਸਰਵਿਸ ਆ ਨਾ, ਇਟਸ ਲਾਈਕ ਸੁਪਰ ਫਰੈਂਡਲੀ। ਤੁਸੀਂ ਤੁਹਾਡੇ ਕੋਈ ਵੀ ਕੁਐਸਚਨ ਆ, ਤੁਸੀਂ ਨਵੇਂ ਆ ਹੈ ਨਾ ਇਸ ਕੰਮ ਦੇ ਵਿੱਚ, ਤੁਹਾਨੂੰ ਰੈਗੂਲੇਸ਼ਨਸ ਬਾਰੇ ਕੋਈ ਨਵੀਂ ਜਾਣਕਾਰੀ ਚਾਹੀਦੀ ਹੈ, ਕੋਈ ਅਪਡੇਟ ਚਾਹੀਦੀ ਹੈ, ਤੁਸੀਂ ਹਮੇਸ਼ਾ ਉਹਨਾਂ ਨੂੰ ਕਸਟਮਰ ਸਰਵਿਸ ਨੂੰ ਕਾਲ ਕਰਕੇ ਪੁੱਛ ਸਕਦੇ ਹਾਂ। ਅਤੇ ਇੱਕ ਤਾਂ ਹੁਣ ਇਹਨਾਂ ਦੀ ਆਹ ਐਪ ਆ, ਦੂਜੀ ਜਿਹੜੇ ਆਪਾਂ ਕੰਮ ਕਰਦੇ ਹਾਂ ਐਜ਼ ਓਨਰ ਓਪਰੇਟਰ ਹੈ ਨਾ, ਅਤੇ ਜੇ ਤੁਹਾਡੀ ਆਪਣੀ ਹੀ ਡਿਸਪੈਚ ਹੁੰਦੀ ਹੈ, ਤੁਹਾਨੂੰ ਪਤਾ ਇੱਕ ਬੈਕ ਐਂਡ 'ਤੇ ਐਡਮਿਨਿਸਟ੍ਰੇਸ਼ਨ ਅਕਾਊਂਟ ਵੀ ਹੁੰਦਾ ਵਾ, ਜਿਹੜਾ ਤੁਸੀਂ ਕੰਪਿਊਟਰ 'ਤੇ ਪੁੱਲ ਇਨ ਕਰਕੇ ਵੀ ਇਹ ਸਾਰੀ ਇਨਫੋਰਮੇਸ਼ਨ ਉੱਧਰੋਂ ਵੀ ਕੱਢ ਸਕਦੇ ਆ ਆਪਣੇ ਰੈਕਡ ਵਾਸਤੇ, ਜੇ ਕਿਸੇ ਨੇ ਪ੍ਰਿੰਟ ਕਰਕੇ ਰੱਖਣੀ ਆ ਵਾ, ਉਹ ਵੀ ਲਾਈਕ ਸੁਪਰ ਈਜ਼ੀ ਆ। ਤੁਸੀਂ ਸੇਮ ਲੌਗਇਨ ਯੂਜ਼ ਕਰਕੇ, ਅਤੇ ਜੇ ਤੁਹਾਡੀ ਆਪ ਦੀ ਕੰਪਨੀ ਆ, ਤੁਹਾਡੇ 4-5 ਡਰਾਈਵਰ ਆ, ਤੁਸੀਂ ਸਾਰਿਆਂ ਨੂੰ ਬੜੇ ਈਜ਼ੀ ਤਰੀਕੇ ਨਾਲ ਮੈਨੇਜ ਕਰ ਸਕਦੇ ਆ। ਅਤੇ ਮੈਂ ਤਾਂ ਹਾਈਲੀ ਰਿਕਮੈਂਡ ਕਰਦਾ ਜੀ, ਜੇ ਕੋਈ ਸੋਚ ਰਿਹਾ ਆਪਣੀ ਲੌਗ ਬੁੱਕ ਚੇਂਜ ਕਰਨ ਵਾਸਤੇ, ਕਿਸੇ ਨੇ ਨਵਾਂ ਕੰਮ ਸ਼ੁਰੂ ਕੀਤਾ ਅਤੇ ਉਹ ਨਵੀਂ ਲੌਗ ਬੁੱਕ ਲੈਣਾ ਚਾਹੁੰਦਾ, ਤਾਂ ਪਲੀਜ਼ ਇਹਨਾਂ ਨੂੰ ਕੰਸਿਡਰ ਕਰਿਓ। ਇੱਥੇ ਮੈਂ ਥੱਲੇ ਲਿੰਕ ਪਾ ਦਿੰਦਾ ਇਹਨਾਂ ਦੀ ਵੈਬਸਾਈਟ ਦਾ, ਉੱਥੇ ਜਾ ਕੇ ਤੁਸੀਂ ਇਹਨਾਂ ਦੇ ਸਾਰੇ ਡਿਫਰੈਂਟ ਪ੍ਰੋਡਕਟਸ ਦੇਖ ਸਕਦੇ ਹਾਂ। ਜਿੱਦਾਂ ਮੈਂ ਇੱਕ ਛੋਟਾ ਸਮਾਲ ਓਨਰ ਓਪਰੇਟਰ, ਮੇਰਾ ਇੱਕੋ ਹੀ ਟਰੱਕ ਆ, ਅਤੇ ਮੈਨੂੰ ਸਿਰਫ ਬਲੂਟੂਥ ਵਾਲੀ ਹੀ ELD ਚਾਹੀਦੀ ਆ। ਬਟ ਜੇ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾਓਗੇ ਤਾਂ ਇਹਨਾਂ ਕੋਲ ਜਿਹੜੀ ਹਾਰਡ ਵਾਇਰਡ ELD ਹੁੰਦੀ ਹੈ, ਜਿਹਦੀ ਟੈਬਲੇਟ ਵੀ ਬਿਲਟਿਨ ਨਹੀਂ ਹੁੰਦਾ ਵਾ ਨਾ, ਉਹ ਯੂਜਲੀ ਜੇ ਕਿਸੇ ਕੋਲ 10 ਜਾਂ 20 ਟਰੱਕਾਂ ਤੋਂ ਵੱਡੀ ਫਲੀਟ ਆ ਹੈ ਨਾ, ਫਿਰ ਉਹ ਵਾਲੀ ELD ਨੂੰ ਪ੍ਰੈਫਰ ਕਰਦੇ ਆ। ਉਹ ਵਾਲਾ ਵੀ ਇਹਨਾਂ ਕੋਲ ਹੈਗਾ, ਮਤਲਬ ਕਿ ਜੇ ਤੁਹਾਡੀ ਕੰਪਨੀ ਵੱਡੀ ਆ ਤਾਂ ਵੀ ਇਹਨਾਂ ਕੋਲ ਪ੍ਰੋਡਕਟ ਹੈਗਾ। ਜੇ ਤੁਸੀਂ ਮੇਰੇ ਵਾਂਗੂ ਇੱਕ ਛੋਟੇ ਸਮਾਲ ਓਨਰ ਓਪਰੇਟਰ ਆ, ਅਤੇ ਤੁਸੀਂ ਬਹੁਤ ਜ਼ਿਆਦਾ ਪੈਸੇ ਆਪਣੀ ELD 'ਤੇ ਨਹੀਂ ਖਰਚਣਾ ਚਾਹੁੰਦੇ, ਤਾਂ ਫਿਰ ਤੁਸੀਂ ਇਹਨਾਂ ਦੀ ਬਲੂਟੂਥ ਵਾਲੀ ELD ਯੂਜ਼ ਕਰ ਸਕਦੇ ਆ। ਬਾਕੀ ਜਦੋਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾਓਗੇ ਤਾਂ ਉਹਦੇ ਉੱਤੇ ਡਿਫਰੈਂਟ ਪੇਮੈਂਟ ਪਲਾਨਸ ਨੇ, ਅਤੇ ਤੁਸੀਂ ਆਪਣੀਆਂ ਲੋੜਾਂ ਦੇ ਅਨੁਸਾਰ ਹੈ ਨਾ ਕੋਈ ਵੀ ਪਲੈਨ ਪਿੱਕ ਕਰ ਸਕਦੇ ਹਾਂ। ਇੱਕ ਫੀਚਰ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਉਹ ਹੈ ਜੀ ਇਹਨਾਂ ਦਾ ਇਫਟਾ ਮਾਈਲੇਜ ਕੈਲਕੂਲੇਟਰ। ਜਿਹੜੇ ਵੀ ਮੇਰੇ ਵੀਰ ਛੋਟੇ ਹੈ ਨਾ ਸਮਾਲ ਓਨਰ ਓਪਰੇਟਰ ਨੇ, ਆਪਾਂ ਨੂੰ ਪਤਾ ਆਪਾਂ ਨੂੰ ਕੁਆਟਰਲੀ ਇਫਟਾ ਦੀਆਂ ਮਾਈਲਸ ਭਰਨੀਆਂ ਪੈਂਦੀਆਂ ਅਤੇ ਉਸ ਹਿਸਾਬ ਨਾਲ ਫਿਊਲ ਟੈਕਸ ਪੇ ਕਰਨਾ ਪੈਂਦਾ। ਮੈਨੂੰ ਪਤਾ ਕਈ GPS ਨੇ ਜਿਹੜੇ ਕੈਲਕੂਲੇਟ ਕਰ ਦਿੰਦੇ ਨੇ ਇਫਟਾ ਮਾਈਲੇਜ ਹੈ ਨਾ, ਬਟ ਲੇਕਿਨ ਮੇਰੇ ਕੇਸ ਜਿੱਦਾਂ ਮੇਰੇ ਕੋਲ ਉਹ ਵਾਲਾ GPS ਨਹੀਂ ਹੈਗਾ, ਅਤੇ ਮੈਨੂੰ ਇੰਨੇ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ। ਮੈਂ ਸਿੰਪਲੀ ਇਹਨਾਂ ਦਾ ਇੱਕ $2 ਜਾਂ $4 ਐਡ ਕਰਕੇ ਪਲੈਨ ਦੇ ਵਿੱਚ ਮੰਥਲੀ ਪਲੈਨ ਲੈ ਸਕਦਾ, ਜਿਹਦੇ ਵਿੱਚ ਜਿਹੜੀਆਂ ਇਫਟਾਂ ਦੀਆਂ ਮਾਈਲਸ ਨੇ ਹੈ ਨਾ ਉਹ ਵੀ ਸਾਰੀਆਂ ਪ੍ਰੋਪਰਲੀ ਕੈਲਕੂਲੇਟ ਹੋਣਗੀਆਂ। ਅਤੇ ਤੁਸੀਂ ਆਪਣੀ ਐਡਮਿਨ ਅਕਾਊਂਟ ਤੋਂ ਜਾਂ ਫਿਰ ਇਹਨਾਂ ਦੀ ਐਡਮਿਨ ਦੀ ਐਪ ਵੀ ਹੈਗੀ ਆ, ਉਹਦੇ ਵਿੱਚ ਜਾ ਕੇ ਬੜਾ ਈਜ਼ਲੀ ਤੁਸੀਂ ਸਾਰਾ ਡਾਟਾ ਰਿਕਵਰ ਕਰ ਸਕਦੇ ਹਾਂ ਔਰ ਜਿਹਦੇ ਬਿਹਾਫ 'ਤੇ ਤੁਸੀਂ ਆਪਣਾ ਇਫਟਾ ਫਾਈਲ ਕਰ ਸਕਦੇ ਹਾਂ। ਬਾਕੀ ਲੋਡ ਆਪਣਾ ਹੋ ਰਿਹਾ ਜੀ, ਅਤੇ ਯਾਰਡ 'ਤੇ ਇਹਨਾਂ ਦਾ ਕਾਫੀ ਖੁੱਲ੍ਹਾ ਡੁੱਲਾ, ਇਹ ਮੈਨੂੰ ਲੱਗਦਾ ਕੋਈ ਅਬੈਂਡਨਡ ਜੀ ਬਿਲਡਿੰਗ ਆ ਜਿਹੜੀ ਇਹਨਾਂ ਨੇ ਟੇਕ ਓਵਰ ਕੀਤੀ ਆ, ਅਤੇ ਮੋਸਟਲੀ ਸਮਾਨ ਅੰਦਰ ਚਾਈਨਾ ਤੋਂ ਹੀ ਆਇਆ ਲੱਗਦਾ ਹੈ ਨਾ, ਅਤੇ ਆ ਕੰਟੇਨਰਸ ਜਿੱਦਾਂ ਚਾਈਨੀਜ਼ ਸਮਾਨ ਲਿਆ ਕੇ ਤਾਂ ਅੱਗੇ ਡਿਸਟ੍ਰੀਬਿਊਟ ਕਰਦੇ ਆ। ਅਤੇ ਬਟ ਇੰਨਾ ਖੁੱਲ੍ਹਾ ਡੁੱਲਾ ਯਾਰਡ ਹੈ, ਪਰ 15 ਨੇ ਡਾਕ ਦੇਖੋ ਮੈਨੂੰ ਕਿਹੜੀ ਦਿੱਤੀ, ਲਾਈਕ ਯੂ ਹੈਵ ਨੋ ਮਾਰਜਿਨ ਫੋਰ ਐਰਰ। ਅਤੇ ਮਤਲਬ ਕਿ ਨਾਲ ਨਾਲ ਹੀ ਇੱਦਾਂ ਹੀ ਬਿਲਕੁਲ 1 ਇੰਚ, ਮਤਲਬ ਕਿ 2 ਇੰਚ ਦਾ ਹੀ ਗੈਪ ਰਹਿ ਜਾਂਦਾ ਇੱਕ ਟਾਈਮ ਦੇ 'ਤੇ ਹੈ ਨਾ, ਜਦੋਂ ਆਪਾਂ ਬੈਕ ਕਰਦੇ ਹਾਂ ਡੋਰਾਂ ਦੇ ਨਾਲੋਂ। ਅਤੇ ਬੜੇ ਜੇ ਵੀ ਕੋਈ ਇੱਥੇ ਹੁੰਦਾ ਬੜੇ ਧਿਆਨ ਨਾਲ ਬੈਕ ਲਾਇਓ ਜੀ। ਤਕਰੀਬਨ 1 ਘੰਟੇ ਦੇ ਬਾਅਦ ਲੋਡ ਹੋ ਗਿਆ ਜੀ ਆਪਣਾ ਡਨ, ਅਤੇ ਪੇਪਰ ਵਰਕ ਆਪਾਂ ਨੂੰ ਮਿਲ ਗਿਆ ਵਾ, ਅਤੇ ਸੀਲ ਵੀ ਮਿਲ ਗਈ ਆ। ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ, ਜਿਹੜਾ ਸੀਲ 'ਤੇ ਨੰਬਰ ਆ ਔਰ ਜਿਹੜਾ ਪੇਪਰ ਵਰਕ 'ਤੇ ਨੰਬਰ ਹੈ ਨਾ, ਇਹਨੂੰ ਹਮੇਸ਼ਾ ਮੈਚ ਕਰ ਲਿਆ ਕਰੋ। ਗੱਲ ਤਾਂ ਬੜੀ ਛੋਟੀ ਜਿਹੀ ਆ, ਹੋਣਾ ਤਾਂ ਇੱਕ ਵਾਰੀ ਹੋਏ ਮੇ ਬੀ ਹੈ ਨਾ ਕੋਈ 5 ਸਾਲਾਂ ਦੇ ਵਿੱਚ, ਬਟ ਕਈ ਵਾਰੀ ਤੁਹਾਨੂੰ ਰਿਸੀਵਰ 'ਤੇ ਜਾ ਕੇ ਪ੍ਰੋਬਲਮ ਆ ਜਾਂਦੀ ਆ। ਅਤੇ ਆਲਵੇਜ਼ ਮੇਕ ਸ਼ੋਰ ਦ ਸੀਲ ਨੰਬਰ ਮੈਚਸ ਦ ਸੀਲ ਨੰਬਰ ਔਨ ਦ ਪੇਪਰ ਵਰਕ। ਅਤੇ ਚਲੋ ਫਿਰ ਭਾਈ ਆਪਾਂ ਚੱਲੇ। Thank you.
तकरीबन अपनी पिकअप वाली लोकेशन तो चल के ज़्यादा नहीं मैं 100 मील आ गया वा तो आप स्टेट ऑफ डेलावेयर के एंटर कर गए तो इतने आप हम भरा लगे हाँ तेल तो वंस अगैन जो आप तेल भरा अपन स्टेटस चेंज करना पैना तो स्टेटस ड्राइविंग तो हटा के हम आप करा जी दोबारा ऑन ड्यूटी और जो नोट्स सैक्शन आ लिख देना फ्यूल क्योंकि आप फ्यूल भरा लगे हैं और मेरे ख्याल मैं इतने ब्रेक भी लूँगा रोटी भी छकूँगा बट जो फ्यूल हमेशा ऑन ड्यूटी के हों तो जी रोटी छकनी आप छकेंगे जी ऑफ ड्यूटी के हाँ जी फ्यूलिंग हो गई जी डन तो हम पहला छकीए प्रसादा तो पर उस तो पहला लाइए थोड़ा साइड पर क्योंकि आप फ्यूल आइलैंड ज़्यादातर ब्लॉक नहीं कर सकते उधर तो मैं इतने भी नहीं खड़ना चाहिए बट जो मेरा सामने ट्रक से ये भाव भी हजे अंदर ही सीगा ता करके मैं भज के जाके परची लै आया क्योंकि पिछे एक दो ट्रक होर आ गए तो एज सून एज ये मूव करूँगा तो आप मूव करके लाने पहला साइड पर हुण साइड पर मूव करके सब तो पहला जो आप काम करना जी इनू पा देना आप ड्यूटी के जो नोट्स ये आप लिख दें जी लंच तो चलो फिर तैयार करिए अपना लंच फिलहाल आप पहुँच गए जी वर्जीनिया के क्रैस्ट एरिए तो पिछे ट्रैफिक बहुत ज़्यादा पिया यार जोड़े भी मेरे वीर इधर चलते मतलब कि 95 के उत्ते 95 सारा ही जी ट्रैफिक ही ट्रैफिक आ बेसिकली जो 95 है जिते मैं हैगा वा ना इतने नेड़े ही रिचमंड रिचमंड तो लैके बोस्टन तक मजोरिटी ऑफ जी अमेरिका की पापूलेशन आ इस रीजन के रही ओबियसली फिर ट्रैफिक भी रोड तो उस हिसाब न ही हों वा तो आप पहुँच गए जी इस टाइम आई थिंक ये टाउन हैगा वुडब्रिज वर्जीनिया आप इस टाइम है जी 95 साउथ के तो पिछे 495 टप के आए हैं जो कि वाशिंगटन डीसी का लूप आ उ ही वर्स्ट हों जी जो मर्जी आ जाओ उत्ते तुहानू ट्रैफिक मिलना ही मिलना उत्तों अज मीह भी पै रहा है ना इतने हुण ते बचा आ उदा फिलहाल रोके से क्योंकि टाइम अपने हुण लोकल काम करते हैं तो टाइम बहुत ज़्यादा होंगे लाइक ना तुसी फ्रीकुएंट ब्रेक्स काफ़ी लै सकते हैं तो मैं इस चीज़ का फायदा चुकता ना कोई काली नहीं करी दी राती 11 बजे मेरा लोड लैना ना तो हजे मेरे ख्याल 5 बजे आ तो सिर्फ 100 मील रह गया इतों तो आ खलोता जी अपना ट्रक तो हम ट्रक च बह के बनाने जी थोड़ी जी चाह तो फिर करते हैं कंटिन्यू सफ़र न सकते हैं जी 110 मील रह गई अपन और जरा लॉग बुक के स्टेटस है उस टाइम ऑफ ड्यूटी है तो डिलीवरी अपनी हैगी 11 बजे है ना अजे कितना टाइम होया हाँ 5 बजे आ सिर्फ दो घंटे का भी नहीं रह गया रस्ता हाँ बाकी जड़े एरिए मैं है जी मैं जो अमेरिका आया से बहुता समा मैं इस एरिए रहा वा जिन्होंने नहीं पता मैं पहला वाशिंगटन डीसी एरिए रहा तो जे मैं कोई पूछता भी थोड़ा फेवरेट टाउन कि अमेरिका के है ना विदाउट अ डाउट मैं वाशिंगटन डीसी ही कहूँगा क्योंकि ये थोड़ा मैं काफ़ी हूँ अमेरिका के काफ़ी शहर देख लिया हो सकता इस तो भी ज़्यादा खूबसूरत शहर हूँ है ना बट इनू मैं काफ़ी डीपली है ना अंदरों देखा कली गली का आपको पता तो करके मैं बहुत सोहना लगता वाशिंगटन डीसी तो जे दोबारा कितने घूम फिर जा मौका मिले तो मैं वीडियो जरूर बनाऊँगा और थोड़े नाल शेयर करूँगा क्योंकि लाइक जिदा एक लोकल बंदे है ना अपने शहर बारे ज़्यादा पता हों 9 साल मैं इतने रहा है ना तो काइंड ऑफ मैं सिटी ग्रो होंदे भी काफ़ी देखा वा तो नैक्सट टाइम कदों इतने आए ना अमेरिका की कैपिटल या वाइट हाउस वगैरह भी वाशिंगटन च ही है तो नैक्सट टाइम जो कि घूम फिर आए तो फिर वीडियो बना के तेजे साझी करा
ਤੇ ਫਿਲਹਾਲ ਮੈਂ ਬਣਾਵਾਂ ਚਾਹ ਤੇ ਫਿਰ ਕਰਦੇ ਹਾਂ ਜੀ ਸਫ਼ਰ ਨੂੰ ਕੰਟੀਨਿਊ। Hey, where should I park and wait? You got the trail over there? I did. Anywhere back there along that fence line. Okay. Good. Thank you, boss. Welcome. Where's the office that way, right? Yeah. Thank you, boss. Hold on, what did you say again? The paperwork office is also that way, right? Yeah, 173, yeah. I think. 173, yeah. When it's done, that's when you go get your paperwork from. I appreciate it, bro. You're welcome. ਐਮਾਜ਼ੋਨ ਤੇ ਆਪਾਂ ਜਦੋਂ ਵੀ ਡਿਲੀਵਰੀ ਕਰਦੇ ਹਾਂ ਤੇ ਇਹ ਇਹਨਾਂ ਦਾ ਸੇਮ ਹੀ ਪ੍ਰੋਸੀਜਰ ਹੈ ਪ੍ਰੀਟੀ ਮੱਚ ਐਵਰੀਵੇਅਰ ਕਿ ਜਿਹੜਾ ਟ੍ਰੇਲਰ ਹੈ ਇੱਦਾਂ ਡਰੌਪ ਕਰਾ ਲੈਂਦੇ ਆ ਡੋਰ ਦੇ ਉੱਤੇ ਤੇ ਫਿਰ ਕਹਿੰਦੇ ਕਿ ਟਰੱਕ ਨੂੰ ਡੀਟੈਚ ਕਰਕੇ ਤੁਸੀਂ ਸਾਈਡ ਤੇ ਲਾ ਲਓ ਉਹਦੇ ਬਾਅਦ ਇਹਨਾਂ ਦਾ ਇੱਕ ਡੋਰ ਹੁੰਦਾ ਰਿਸੀਵਿੰਗ ਡੋਰ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਪੇਪਰ ਵਰਕ ਦੇ ਦਿਓ ਔਰ ਦੱਸ ਦਿਓ ਵੀ ਕਿਹੜੇ ਡੋਰ ਦੇ ਉੱਤੇ ਤੁਹਾਡਾ ਟ੍ਰੇਲਰ ਲੱਗਾ ਆਫਟਰ ਦੈਟ ਜਦੋਂ ਤੁਹਾਡਾ ਲੋਡ ਖਾਲੀ ਹੋ ਜਾਂਦਾ ਉਹਦੇ ਬਾਅਦ ਇਹ ਕਾਲ ਕਰਕੇ ਤੁਹਾਨੂੰ ਦੱਸਦੇ ਆ ਵੀ ਲੋਡ ਤੁਹਾਡਾ ਹੋ ਗਿਆ ਖਾਲੀ ਅਤੇ ਟ੍ਰੇਲਾ ਚੱਕੋ ਅਤੇ ਭੱਜੋ ਆਪਣਾ ਅਤੇ ਹੁਣ ਮੇਰਾ ਵੀ 7 ਵਜੇ ਆ ਮੇ ਵੀ 9 ਵਜੇ ਤੱਕ ਡਨ ਹੋ ਜੂਗਾ ਅਤੇ ਪਰ ਆਪਾਂ ਨੂੰ ਕੋਈ ਕਾਹਲੀ ਨਹੀਂ ਹੈਗੀ ਜਗ੍ਹਾ ਬੜੀ ਵਧੀਆ ਤੁਸੀਂ ਦੇਖੋ ਖੁੱਲ੍ਹਾ ਡੁੱਲਾ ਵੇਅਰ ਹਾਊਸ ਹੈ ਇਹਨਾਂ ਦਾ ਅਤੇ ਇੰਨਾ ਵੀ ਰਸ਼ ਵੀ ਨਹੀਂ ਹੈਗਾ ਪ੍ਰੀਟੀ ਮੱਚ ਮਤਲਬ ਕਿ ਟਰੱਕਾਂ ਦਾ ਰਸ਼ ਤਾਂ ਬਿਲਕੁਲ ਹੀ ਨਹੀਂ ਹੈਗਾ ਸਿਰਫ ਟ੍ਰੇਲੇ ਲੱਗੇ ਆ ਅਤੇ ਮੈਂ ਜਿਹੜਾ ਅਗਲਾ ਲੋਡ ਚੁੱਕਣਾ ਵਾ ਉਹ ਚੁੱਕਣਾ ਵਾ ਸਵੇਰੇ 7 ਵਜੇ ਇੱਥੋਂ ਨੇੜਿਓਂ ਚੁੱਕਣਾ ਵਾ ਤਾਂ ਕਰਕੇ ਰਾਤ ਨੂੰ ਕੋਈ ਇੰਨਾ ਹੈ ਤਾਂ ਹੈ ਨਹੀਂ ਅਤੇ ਉੱਦਾਂ ਲੱਗ ਗਏ ਜਦੋਂ ਇਹਨਾਂ ਨੇ ਲਾਹ ਤਾਂ ਮੈਂ ਰਸਤੇ 'ਚ ਇੱਕ ਟਰੱਕ ਸਟੋਪ ਦੇਖਿਆ ਸੀਗਾ ਅਤੇ ਆਪਾਂ ਉੱਥੇ ਜਾ ਕੇ ਕਰ ਲਾਂਗੇ ਜੀ ਪਾਰਕ ਅਤੇ ਫਿਰ ਉੱਥੇ ਕਰਾਂਗੇ ਸਲੀਪ ਸਲੀਪ ਤੋਂ ਚੇਤਾ ਆਇਆ ਹੁਣ ਜਿਹੜਾ ਇਹ ਟਾਈਮ ਆ ਜਿਹੜਾ ਮੈਂ ਉੱਥੇ ਟਰੱਕ ਜਦੋਂ ਚੈੱਕ ਇਨ ਕੀਤਾ ਹੈ ਨਾ ਜਦੋਂ ਆਫਿਸ ਉੱਥੇ ਆਪਣਾ ਟਰੱਕ ਟ੍ਰੇਲਰ ਡਰੋਪ ਕੀਤਾ ਇਹ ਸਾਰਾ ਟਾਈਮ ਆ ਜਾਂਦਾ ਜੀ ਔਨ ਡਿਊਟੀ ਆਵਰਸ ਦੇ ਵਿੱਚ ਹੁਣ ਮੈਂ ਟ੍ਰੇਲਰ ਡਰੋਪ ਕਰਤਾ ਵਾ ਆਪਣਾ ਆਰਾਮ ਨਾਲ ਸਾਈਡ 'ਤੇ ਖੜ੍ਹੇ ਹਾਂ ਅਤੇ ਹੁਣ ਆਪਣੇ ਕੋਲ ਟਰੱਕ ਰਿਲੇਟਡ ਕੋਈ ਜੋਬ ਨਹੀਂ ਹੈਗੀ ਹੈ ਨਾ ਅਤੇ ਆਹ ਵਾਲਾ ਟਾਈਮ ਆਪਾਂ ਆਫ ਡਿਊਟੀ ਦੇ ਵਿੱਚ ਪਾ ਸਕਦੇ ਹਾਂ ਅਤੇ ਹੁਣ ਜਦੋਂ ਇਹ ਕਾਲ ਕਰਨਗੇ ਫਿਰ ਦੁਬਾਰਾ ਔਨ ਡਿਊਟੀ 'ਤੇ ਜਾ ਕੇ ਅਤੇ ਫਿਰ ਆਪਾਂ ਜਦੋਂ ਟਰੱਕ ਨੂੰ ਟ੍ਰੇਲਰ ਨੂੰ ਪਿੱਕ ਕਰਨਾ ਵਾ ਪੇਪਰ ਵਰਕ ਫੜਨਾ ਉਹ ਸਾਰਾ ਔਨ ਡਿਊਟੀ ਦੇ ਵਿੱਚ ਹੋਊਗਾ ਔਰ ਉਹਦੇ ਬਾਅਦ ਜਿੱਥੇ ਜਾ ਕੇ ਅਸੀਂ ਰਾਤੀ ਸੋਣਾ ਵਾ ਉੱਥੇ ਪਾਵਾਂਗੇ ਜੀ ਸਲੀਪ ਅਤੇ ਸਲੀਪ ਜਿਹੜੀ ਉਹ 10 ਘੰਟੇ ਦੀ ਪੈਣੀ ਜ਼ਰੂਰੀ ਆ ਉਹਦੇ ਬਾਅਦ ਤੁਹਾਡੀ ਜਿਹੜੀ ਬੁੱਕ ਆ ਰੀਸੈਟ ਹੋ ਜਾਂਦੀ ਆ ਅਤੇ ਤੁਹਾਨੂੰ ਅਗਲੇ ਦਿਨ ਦੇ ਫਰੈਸ਼ ਆਵਰਸ ਆ ਜਾਂਦੇ ਆ ਅਤੇ ਹੋਪਫੁਲੀ ਜਿਹੜੇ ਮੇਰੇ ਵੀਰ ਨਵੇਂ ਬੰਦੇ ਨੇ ਹੈ ਨਾ ਥੋੜ੍ਹਾ ਬਹੁਤਾ ਆਈਡੀਆ ਹੋਇਆ ਹੋਊਗਾ ਅਤੇ ਜੇ ਰੂਲਸ ਦੀ ਗੱਲ ਕਰੀਏ ਤਾਂ ਮੈਂ ਉਹਦੇ 'ਤੇ ਇੱਕ ਵੀਡੀਓ ਬਣਾਈ ਸੀ ਉਹਦਾ ਲਿੰਕ ਉੱਤੇ ਆ ਰਿਹਾ ਅਤੇ ਜੇ ਤੁਸੀਂ ਇਹਦੇ ਰੂਲਸ ਦੇਖਣਾ ਚਾਹੁੰਦੇ ਆ ਜਾਂ ਸਮਝਣਾ ਚਾਹੁੰਦੇ ਤਾਂ ਤੁਸੀਂ ਉਹ ਵੀਡੀਓ ਦੇਖੋ ਹੋਪਫੁਲੀ ਦੇ ਵਿਲ ਹੈਲਪ ਐਂਡ ਵੰਸ ਅਗੇਨ ਮੈਂ ਥੈਂਕ ਯੂ ਕਰੂੰਗਾ ਟਰੱਕ ਐਕਸ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇਸ ਲਾਇਕ ਸਮਝਿਆ ਕਿ ਉਹ ਆਪਣਾ ਪ੍ਰੋਡਕਟ ਦਾ ਰਿਵਿਊ ਹੈ ਨਾ ਕਰਾ ਸਕਣ ਅਤੇ ਵੰਸ ਅਗੇਨ ਮੈਂ ਹਾਈਲੀ ਰਿਕਮੈਂਡ ਕਰਦਾ ਵਾਂ ਨੋਟ ਓਨਲੀ ਬਿਕੋਜ਼
ਉਹਨਾਂ ਨੇ ਆਪਣੇ ਚੈਨਲ ਨੂੰ ਹੈ ਨਾ ਚੁਣਿਆ। ਮੈਂ ਵਾਕਈ ਹੋਰ ਵੀ ਬੁੱਕਸ ਯੂਜ਼ ਕੀਤੀਆਂ ਨੇ ਅਤੇ ਜਿੰਨਾ ਯੂਜ਼ਰ ਇੰਟਰਫੇਸ ਔਰ ਜਿੰਨੇ ਈਜ਼ੀ ਟੂ ਯੂਜ਼ ਲੋਗ ਬੁੱਕ ਇਹਨਾਂ ਦੀ ਆ, ਮੈਂ ਹਾਲੇ ਤੱਕ ਦੂਜੀ ਨਹੀਂ ਕੋਈ ਕੀਤੀ ਹੈ ਨਾ। ਔਰ ਦੂਜੀ ਗੱਲ ਇਹ ਬੁੱਕ ਇਹਨਾਂ ਦੀ ਹੈਂਗ ਨਹੀਂ ਹੁੰਦੀ, ਲੋਕੇਸ਼ਨ ਹਮੇਸ਼ਾ ਠੀਕ ਚੱਕਦੀ ਆ, ਅਤੇ ਬਾਕੀ ਇਹਨਾਂ ਦੀ ਕਸਟਮਰ ਸਰਵਿਸ ਹੈ ਜਿਹੜੀ ਉਹ ਵੀ ਬਹੁਤ ਵਧੀਆ ਵਾ। ਜੇ ਤੁਹਾਨੂੰ ਕਿਤੇ ਵੀ ਕਨਫਿਊਜ਼ਨ ਆ, ਕਿਸੇ ਰੂਲ ਨੂੰ ਲੈ ਕੇ ਕਨਫਿਊਜ਼ਨ ਆ ਤੁਹਾਡੀ ਬੁੱਕ ਦੇ ਵਿੱਚ, ਕਿਸੇ ਸੋਫਟਵੇਅਰ ਨੂੰ ਲੈ ਕੇ ਕਨਫਿਊਜ਼ਨ ਆ, ਤੁਸੀਂ ਉਹਨਾਂ ਨੂੰ ਕਿਸੇ ਵੀ ਟਾਈਮ ਕਾਲ ਕਰਕੇ ਅਤੇ ਆਪਣਾ ਸਵਾਲ ਪੁੱਛ ਸਕਦੇ ਹੋ। ਅਤੇ ਇੰਨੀ ਗੱਲ ਕਰਦੇ ਹਾਂ ਜੀ, ਵੀਡੀਓ ਨੂੰ ਕਰਦੇ ਇੱਥੇ ਹੀ ਬੰਦ। ਅਤੇ ਥੈਂਕ ਯੂ ਸੋ ਮੱਚ ਉਹਨਾਂ ਸਾਰਾ ਵੀਰਾਂ ਦਾ ਜਿਨ੍ਹਾਂ ਨੇ ਐਂਡ ਤੱਕ ਵੀਡੀਓ ਦੇਖੀ, ਅਤੇ ਆਪਾਂ ਤੁਹਾਨੂੰ ਛੇਤੀ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ। ਅਤੇ ਅਨਟਿਲ ਦੈਨ ਟੇਕ ਕੇਅਰ, ਗੋਡ ਬਲੈਸ ਯੂ ਆਲ ਐਂਡ ਰੱਬ ਰੱਖਾ ਜੀ।